ब्यूटी पार्लर की हाल चाल है सब भाई ठीक ना मेहनत करना कि सारे भाई ठीक हो अलॉग मेरा यह है कि मैं अब दसन दस लग दानू कि दरिया सतलुज ने ना जमीन वहावन लग्या कि दरिया सतलुज ने कितने रेता पाया जमीन तबाह और बर्बाद कर गया तो किधरे जमीन जबरदस्त बना गया आखा आज तन विखा लग्या मिट्टी पा गया ठीक है बहुत ज्यादा मिट्टी पा गया दरिया सतलुज आ जमीन दिन वहावन लग्या जी आखो ਖਾਲਸ ਮਿੱਟੀ ਦਰਿਆ ਸਤਲੋਜ ਦੀ ਨਾ ਚੀਕਨੀ ਤੇ ਖਾਲਸ ਮਿੱਟੀ ਇੱਥੇ ਪਾ ਗਿਆ ਆ ਇੱਥੇ ਨੋਪੀ ਪਾ ਗਿਆ ਨੋਪੀ ਮਤਲਬ ਇਹ ਇੱਕ ਗੇੜੇ ਦਿੰਦਾ ਰਿਹਾ ਤੇ ਇੱਥੇ ਨਿਰੀ ਮਿੱਟੀ ਪਾ ਗਿਆ ਭਲ ਅਸੀਂ ਪੰਜਾਬੀ ਜਿਹਨੂੰ ਭਲ ਵੀ ਕਹਿੰਨੇ ਆ ਮਿੱਟੀ ਵੀ ਕਹਿੰਨੇ ਆ ਵੇਖੋ ਆ ਸੌਰੀ ਮਿੱਟੀ ਪਾ ਗਿਆ ਇੱਥੇ ਸਾਰਾ ਦਰਿਆ ਟੋਟਲੀ ਹੁੰਦਾ ਸੀ ਦਰਿਆ ਸਤਲੋਜ ਤੇ ਇਸ ਟਾਈਮ ਸੁੱਕ ਚੁੱਕਿਆ ਫੁੱਲ ਬਟਾ ਫੁੱਲ ਲੇਕਿਨ ਇੱਥੇ ਵੇਖੋ ਮਿੱਟੀ ਪਾ ਗਿਆ ਇੰਨੀ ਜ਼ਬਰਦਸਤ ਜ਼ਮੀਨ ਬਣਾ ਗਿਆ ਨਾ ਐਡੀ ਪੱਕੀ ਜ਼ਮੀਨ ਆ ਅੱਗੇ ਜਾ ਕੇ ਤੁਹਾਨੂੰ ਵਿਖਾਣਾ ਜਿੱਥੇ ਉਹਨੇ ਰੇਤਾ ਪਾਇਆ ਜ਼ਮੀਨ ਜਿੱਥੇ ਖਰਾਬ ਕੀਤੀ ਹੈ ਉਹਦਨ ਵਹਾਉਣ ਲੱਗਾ ਦਰਿਆ ਦੇ ਕੰਮ ਚੈੱਕ ਕਰੋ ਤੁਸੀਂ ਕਿ ਕਰਮਾ ਵਾਲਾ ਦਰਿਆ ਜਿਹੜਾ ਹੈ ਨਾ ਮਿੱਟੀ ਕਿੱਥੇ ਪਾਉਣਾ ਤੇ ਰੇਤਾ ਕਿੱਥੇ ਪਾਉਣਾ ਇਹਦੀ ਕੋਈ ਸਮਝ ਨਹੀਂ ਆਉਂਦੀ ਅੱਗੇ ਵੇਖ ਸਕਦੇ ਜੇ ਆਹ ਰੇਤਾ ਸ਼ੁਰੂ ਹੋ ਗਿਆ ਇੱਥੇ ਆਹ ਵੇਖ ਸਕਦੇ ਜੇ ਕੋਰਾ ਰੇਤਾ ਕੋਰਾ ਰੇਤਾ ਇਹਦੇ ਵਿੱਚ ਪਾ ਗਿਆ ਇਸ ਜ਼ਮੀਨ 'ਚ ਤੇ ਇਸ ਤੋਂ ਥੋੜਾ ਜਿਹਾ ਅੱਗੇ ਉੱਥੇ ਮਿੱਟੀ ਪਾ ਕੇ ਗਿਆ ਟੋਟਲੀ ਉਹਨਾਂ ਨੂੰ ਅੱਗੇ ਜਾ ਕੇ ਮਿੱਟੀ ਦੁਬਾਰਾ ਵਹਾਣਾ ਕਿ ਥੋੜਾ ਜਿਹਾ ਫਰਕ ਹੈ ਜ਼ਮੀਨ ਦਾ ਆ ਵੇਖਸਾ ਇੱਥੇ ਮਿੱਟੀ ਸ਼ੁਰੂ ਹੋ ਗਈ ਹੈ ਅੱਗੇ ਅੱਗੇ ਜਾ ਰਿਹਾ ਆ ਵੇਖਸਾ ਇੱਥੇ ਮਿੱਟੀ ਐਸ ਸਾਈਡ ਤੇ ਮਿੱਟੀ ਪਾ ਗਿਆ ਤੇ ਉਹ ਸਾਈਡ ਤੇ ਕੋਰਾ ਰੇਤਾ ਤੇ ਇਹਦੇ ਵੀ ਕੰਮ ਨਰਾਲੇ ਹੁੰਦੇ ਨੇ ਦਰਿਆ ਸਤਲੁਜ ਦੇ ਕਿੱਥੇ ਮਿੱਟੀ ਪਾਉਂਦਾ ਹੈ ਜਾਂ ਕਿੱਥੇ ਰੇਤਾ ਪਾਉਂਦਾ ਹੈ ਇਹ ਕੋਈ ਕਿਸੇ ਨੂੰ ਨਹੀਂ ਪਤਾ ਤੇ ਇਹ ਖੁਦ ਹੀ ਦਰਿਆ ਸਤਲੁਜ ਜਿਹੜਾ ਨਾ ਬਾਬਾ ਖਾਜ਼ ਖਿਜ਼ਰ ਇਹ ਵੀ ਇੱਕ ਪੀਰ ਏ ਬਜ਼ੁਰਗ ਏ ਤੇ ਕਈਆਂ ਨੂੰ ਜਿਹੜਾ ਨਾ ਰੰਗ ਜਾਂਦਾ ਤੇ ਕਈਆਂ ਨੂੰ ਤਬਾਹ ਕਰ ਜਾਂਦਾ ਇਹਦੇ ਕੰਮ ਨਰਾਲੇ ਨੇ ਓਕੇ ਬਾਏ ਖੁਦਾ ਹਫਿਜ਼ ਮਿਲਤੇ ਅਗਲੀ ਵੀਡੀਓ ਵਿੱਚ سپورਟ ਕਰਿਆ ਯਾਰ ਚੈਨਲ ਨਵਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਯਾਰ